ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਮੌਸਮ ਨੂੰ ਲੈ ਕੇ ਸਾਂਝੀ ਕਰ ਰਿਹਾ ਜੀ ਆਈਐਮਡੀ ਨੇ ਅਗਲੇ 5 ਦਿਨਾਂ ਦੇ ਮੌਸਮ ਬਾਰੇ ਅਲਰਟ ਕੀਤਾ ਜਾਰੀ ਇਹਨਾਂ ਇਲਾਕਿਆਂ ਦੇ ਵਿੱਚ ਪਾਰਿਮੀ ਦੇਰ ਸ਼ਾਮ ਦਿੱਲੀ ਐਨਸੀਆਰ ਦੇ ਵਿੱਚ ਪਾਰਿਮੀ ਪਿਆ ਤੇ ਹਾਲਾਤ ਹਨ ਕਿਸ ਦਿੱਲੀ ਨੂੰ ਐਨਸੀਆਰ ਨਾਲ ਜੋੜਨ ਵਾਲੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਨੇ ਦਫ਼ਤਰ ਤੋਂ ਕਾਰਜ ਪਰਤਦੇ ਸਮੇਂ ਲੋਕ ਟ੍ਰੈਫਿਕ ਦੇ ਵਿੱਚ ਫਸ ਗਏ ਨੇ ਅੱਜ ਮੌਸਮ ਵਿਭਾਗ ਨੇ ਔਰੰਜ ਅਲਰਟ ਜਾਰੀ ਕੀਤਾ ਤੇ ਹੋਰ ਮੀਂਹ ਪੈ ਸਕਦਾ ਹੈ 4 ਦਿਨਾਂ ਤੱਕ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਆਈਐਮਡੀ ਨੇ ਕਿਹਾ ਕਿ ਦਿੱਲੀ ਦੇ ਆਲੇ-ਦੁਆਲੇ ਮੌਨਸੂਨ ਦਾ ਕੇਰਾ ਬਣਿਆ ਹੋਇਆ ਇਸ ਲਈ ਇਸ ਹਫਤੇ ਦੇ ਅੰਤ ਤੋਂ ਅਗਲੇ ਹਫਤੇ ਤੱਕ ਹਲਕੀ ਤੋਂ ਦਰਮਿਆਨੀ ਤੇ ਗਈ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ ਰਾਤ ਨੂੰ ਦਿੱਲੀ ਐਮਸੀਆਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਰੀਮੀਂ ਦੀ ਭਵਿੱਖਬਾਣੀ ਕੀਤੀ ਜਿਸ ਦੇ ਵਿੱਚ ਪੂਰਬੀ ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਸਿੱਕਮ ਆਦਿਕ ਦੇ ਵਿੱਚ ਭਵਿੱਖਬਾਣੀ ਪੰਜਾਬ, ਪੱਛਮੀ ਗੁਜਰਾਤ, ਮਰਾ ਮੱਧ, ਮਹਾਰਾਸ਼ਟਰ, ਮਰਾਠਵਾੜਾ ਤੇ ਸ਼ੌਰਾ ਸ਼ਟਰ ਤੇ ਕਾਛ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।